ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਨੂੰ ਪਤਾ ਹੀ ਹੈ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਦੀ ਆਰਥਿਕਤਾ ਜਿਹੜੀ ਹੈ ਉਹ ਖੇਤੀ 'ਤੇ ਨਿਰਭਰ ਹੈ। ਪਰ ਬੜੇ ਦੁੱਖ ਅਤੇ ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਕਿਸਾਨ ਨਹੀਂ ਚਾਹੁੰਦਾ ਕਿ ਉਹਦਾ ਬੇਟਾ ਉਹਦਾ ਪੁੱਤ ਖੇਤੀ ਕਰੇ, ਕਿਉਂਕਿ ਖੇਤੀ ਮਜ਼ਬੂਰੀ ਦਾ ਧੰਦਾ ਬਣ ਗਿਆ, ਲਾਹੇਵੰਦ ਧੰਦਾ ਨਹੀਂ ਰਿਹਾ। ਪਿਛਲੀਆਂ ਸਰਕਾਰਾਂ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਕਿਸਾਨ ਦੀ ਵੀ ਆਰਥਿਕ ਹਾਲਤ ਦਿਨ ਬ ਦਿਨ ਮਾੜੀ ਹੁੰਦੀ ਜਾ ਰਹੀ ਹੈ। ਸਾਡੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਈਏ, ਖੇਤੀ ਨੂੰ ਲੀਹ 'ਤੇ ਲੈ ਕੇ ਆਈਏ। ਇਹਦੇ ਵਿੱਚ ਅਸੀਂ ਮੂੰਗੀ ਦੀ ਦਾਲ 'ਤੇ ਜੋ MSP ਦਿੱਤੀ, ਜਿਹਦੇ ਵਿੱਚ ਲੋਕਾਂ ਨੇ ਬਹੁਤ ਸਾਰਾ ਸਾਥ ਦਿੱਤਾ ਅਤੇ ਬਹੁਤ ਸਾਰੇ ਰਕਬੇ ਦੇ ਵਿੱਚ ਮੂੰਗੀ ਬੀਜੀ। ਇਸ ਤੋਂ ਇਲਾਵਾ ਮੈਂ ਇੱਕ ਬੇਨਤੀ ਕੀਤੀ ਸੀ ਕਿ ਪਾਣੀ ਬਚਾਉਣ ਵਾਸਤੇ ਆਪਾਂ ਜੇ ਸਿੱਧੀ ਬਿਜਾਈ ਕਰ ਲਈਏ ਝੋਨੇ ਦੀ ਤਾਂ ਫਾਇਦਾ ਵੀ ਰਹੂਗਾ, ਪਾਣੀ ਵੀ ਬਚੂਗਾ ਅਤੇ ਧਰਤੀ ਵੀ ਬਚੂਗੀ। ਮੈਂ ਇਸ ਗੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਅਤੇ ਸ਼ੁਕਰਗੁਜ਼ਾਰ ਹਾਂ ਕਿ ਲੱਖਾਂ ਏਕੜ ਦੇ ਵਿੱਚ ਮੇਰੀ ਬੇਨਤੀ ਤੋਂ ਬਾਅਦ ਝੋਨਾ ਜਿਹੜਾ ਉਹਨਾਂ ਨੇ ਸਿੱਧਾ ਬੀਜਿਆ। ਇੱਕ ਮੁਸ਼ਕਿਲ ਹੋਰ ਸੀ ਜਿਹੜੀ ਕਿ ਵੱਖ ਵੱਖ ਪੰਜਾਬ ਦੇ ਇਲਾਕਿਆਂ ਦੇ ਵਿੱਚ ਕਿਸਾਨਾਂ ਵੱਲੋਂ ਸਾਨੂੰ ਦੱਸੀ ਜਾ ਰਹੀ ਸੀ, ਮੰਗ ਵੀ ਸੀ ਕਿ ਜਿਹੜੀਆਂ ਖੇਤਾਂ ਦੇ ਵਿੱਚ ਟਿਊਬਵੈੱਲਾਂ ਅਤੇ ਮੋਟਰਾਂ ਲੱਗੀਆਂ ਨੇ, ਬਹੁਤ ਸਾਰੇ ਕਿਸਾਨ ਉਹਨਾਂ ਦਾ ਲੋਡ ਵਧਾਉਣਾ ਚਾਹੁੰਦੇ ਨੇ, ਹਾਰਸ ਪਾਵਰ ਦਾ ਲੋਡ ਵਧਾਉਣਾ ਚਾਹੁੰਦੇ ਨੇ, ਪਰ ਲੋਡ ਵਧਾਉਣ ਦਾ ਜਿਹੜਾ ਖਰਚਾ ਉਹ ਬਹੁਤ ਜ਼ਿਆਦਾ ਹੈ, ਇਸ ਕਰਕੇ ਉਹ ਇਹ ਨਹੀਂ ਕਰ ਸਕਦੇ। ਤਾਂ ਅਸੀਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਫੈਸਲਾ ਕੀਤਾ, ਮੈਂ ਉਹ ਫੈਸਲਾ ਬੜੀ ਖੁਸ਼ੀ ਨਾਲ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਮੋਟਰ ਦਾ ਲੋਡ ਵਧਾਉਣ ਦਾ ਜਿਹੜਾ ਇੱਕ ਹੋਰਸ ਪਾਵਰ ਦਾ ਪਹਿਲਾਂ 4750 ਰੁਪਏ ਸੀ, ਉਹਨੂੰ ਘਟਾ ਕੇ ਤੁਹਾਡੀ ਆਪਣੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਗੌਰਮੈਂਟ ਜਿਹੜੀ ਹੈ ਉਹ 2500 ਰੁਪਏ ਕਰ ਰਹੀ ਹੈ। 4750 ਤੋਂ ਘਟਾ ਕੇ 2500 ਰੁਪਏ ਕਰ ਰਹੇ ਹਾਂ। ਮੈਨੂੰ ਉਮੀਦ ਹੈ ਕਿ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਨੇ ਇਹ ਤੋਂ ਫਾਇਦਾ ਲੈਣਗੇ ਅਤੇ ਖੁਸ਼ ਹੋਣਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਖੇਤੀ ਦੀ ਲਾਗਤ ਘਟਾਈ ਜਾਵੇ, ਜਿਹੜਾ ਖਰਚਾ ਹੁੰਦਾ ਖੇਤੀ 'ਤੇ ਉਹ ਘਟਾਇਆ ਜਾਵੇ ਅਤੇ ਜਿਹੜਾ ਉਤਪਾਦਨ ਹੈ ਉਹ ਨਵੇਂ ਨਵੇਂ ਬੀਜਾਂ ਦੀਆਂ ਖੋਜਾਂ ਰਾਹੀਂ ਵਧਾਇਆ ਜਾਵੇ ਤਾਂ ਕਿ ਖੇਤੀ ਲੀਹ 'ਤੇ ਆ ਸਕੇ। ਸੋ ਇੱਕ ਵਾਰ ਫਿਰ ਗੁਰੂ ਨਾਨਕ ਸਾਹਿਬ ਦੇ ਜਿਹੜੇ ਕਹੇ ਹੋਏ ਸ਼ਬਦ ਨੇ, ਉੱਤਮ ਖੇਤੀ ਮੱਧਮ ਵਪਾਰ ਨਿਖਿੱਧ ਚਾਕਰੀ, ਆਪਾਂ ਫਿਰ ਇੱਕ ਵਾਰੀ ਖੇਤੀ ਨੂੰ ਉੱਤਮ 'ਤੇ ਲੈ ਕੇ ਆਵਾਂਗੇ, ਤੁਹਾਡਾ ਸਾਥ ਚਾਹੀਦਾ। ਬਹੁਤ ਬਹੁਤ ਧੰਨਵਾਦ। ਇਨਕਲਾਬ ਜ਼ਿੰਦਾਬਾਦ।